ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਪਿੰਡ ਦੁੱਗਰੀ ਦੇ ਵਿੱਚ, ਗੁਰਦੁਆਰਾ ਸਾਹਿਬ ਵਿੱਚ। ਆਓ ਗੁਰਦੁਆਰਾ ਲਹਿਰ ਦਾ ਹਿੱਸਾ ਬਣੀਏ ਅਤੇ ਪ੍ਰਧਾਨ ਜੀ ਨਾਲ ਆਪਾਂ ਗੱਲ ਕਰਦੇ ਹਾਂ ਕਿਸ ਵਿਸ਼ੇ 'ਤੇ ਉਹਨਾਂ ਨੇ ਇਹ ਆਪਣੀ ਮੀਟਿੰਗ ਦਾ ਸੱਦਾ ਦਿੱਤਾ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਾਰੇ ਪੰਜਾਬ ਦੇ ਵਿੱਚ ਛੋਟੀਆਂ ਛੋਟੀਆਂ ਇਕੱਤਰਤਾਵਾਂ ਕਰ ਰਹੇ ਹਾਂ, ਇਸ ਲਈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਹੇਠਾਂ ਚੱਲ ਰਹੀ ਹੈ, ਉਹਦੇ ਵਿੱਚ ਬਹੁਤ ਗਿਰਾਵਟ ਆ ਗਈ ਹੈ ਔਰ ਉਹ ਗਿਰਾਵਟ ਨੂੰ ਦੂਰ ਕਰਨ ਵਾਸਤੇ ਨਵੀਆਂ ਚੋਣਾਂ ਇਸ ਸਾਲ ਦੇ ਅਖੀਰ ਤੱਕ ਆ ਜਾਣੀਆਂ ਨੇ ਪਾਰਲੀਮੈਂਟ ਦੇ ਬਾਅਦ, ਔਰ ਉਸ ਇਲੈਕਸ਼ਨਾਂ ਵਾਸਤੇ ਅਸੀਂ ਤਿਆਰੀ ਕਰ ਰਹੇ ਹਾਂ ਸਿੱਖ ਸੰਗਤਾਂ ਦੇ ਵਿੱਚ। ਇਹੀ ਸਾਡਾ ਮਕਸਦ ਹੈ, ਹੋਰ ਕੋਈ ਮਕਸਦ ਨਹੀਂ। ਕਿੰਨੀਆਂ ਕੁ ਮੀਟਿੰਗਾਂ ਅੱਜ ਤੱਕ ਤੁਸੀਂ ਇਹ ਇੱਦਾਂ ਦੇ ਕਰ ਚੁੱਕੇ ਹੋ ਅਤੇ ਕਿੱਥੇ ਕਿੱਥੇ ਕਰ ਚੁੱਕੇ ਹੋ? ਅਸੀਂ ਹਰ ਪਿੰਡ ਵਿੱਚ ਕੋਸ਼ਿਸ਼ ਹੈ ਔਰ ਅਸੀਂ ਤਕਰੀਬਨ ਦੇਖੋ ਇਹ ਅਣਗਿਣਤੀ ਹੈ ਔਰ ਇਹ ਮੈਂ ਇਕੱਠਾ ਨਹੀਂ ਕਰ ਰਿਹਾ। ਸਰ ਗੁਰਵਿੰਦਰ ਸਿੰਘ ਕੰਗ ਇਹ ਆਮ ਆਦਮੀ ਪਾਰਟੀ ਦੇ ਹਨ, ਇਹਨਾਂ ਨੇ ਪਿਛਲੀ ਇਲੈਕਸ਼ਨ ਉੱਥੋਂ ਬਾਘੇ ਪੁਰਾਣੇ ਤੋਂ ਲੜੀ ਹੈ ਔਰ ਇਹ ਵੀ ਨਾਲ ਲੱਗੇ ਹੋਏ ਨੇ। ਇਹਨਾਂ ਦੇ ਨਾਲ ਇਹਨਾਂ ਦੇ ਰਿਸ਼ਤੇਦਾਰ ਨੇ ਫੂਲਕਾ ਸਾਹਿਬ, ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਸਿੱਧ ਹਨ, ਤੁਸੀਂ ਜਾਣਦੇ ਹੋ ਵਕੀਲ ਸਾਹਿਬ ਨੂੰ, ਅਤੇ ਹੋਰ ਵੀ ਬਹੁਤ ਲੋਕ ਹਨ ਜਿਹੜੇ ਕਿ ਸਿੱਖੀ ਦੇ ਪ੍ਰਤੀ ਜਿਹਨਾਂ ਨੂੰ ਦਰਦ ਹੈ ਉਹ ਇਸ ਕੰਮ 'ਤੇ ਲੱਗੇ ਹੋਏ ਨੇ। ਸਮੂਹ ਸੰਤ ਸਮਾਜ ਵੀ ਇਸ ਕੰਮ 'ਤੇ ਲੱਗਿਆ ਹੋਇਆ ਹੈ ਅਤੇ ਜਿਹਨਾਂ ਜਿਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਦੇਖੋ ਪ੍ਰਚਾਰ ਦੂਜੇ ਮਜ਼ਹਬ ਵਾਲੇ ਕਰ ਰਹੇ ਨੇ ਝੂਠੇ, ਅਤੇ ਸਿੱਖੀ ਦਾ ਪ੍ਰਚਾਰ ਜਿਹੜਾ ਕਿ ਇਸ ਧਰਤੀ ਦੇ ਜਿੱਥੇ ਸਿੱਖਾਂ ਦਾ ਖੂਨ ਰੰਝਿਆ ਹੋਇਆ ਹੈ ਲੋਕਾਂ ਨੂੰ ਬਰਾਬਰੀ ਦੇਣ ਵਾਸਤੇ, ਉਹਨਾਂ ਦੀ ਗੱਲ ਨਹੀਂ ਹੋ ਰਹੀ। ਇਹ ਗੱਲ ਬਹੁਤ ਦਰਦਨਾਕ ਹੈ। ਕਿਹੜੀ ਕਿਹੜੀ ਕਿੰਨਾ ਕਿੰਨਾ ਨੂੰ ਮਤਲਬ ਕਿ ਤੁਸੀਂ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਹੋ ਵੀ ਉਹ ਕਿੱਦਾਂ ਦਾ ਹੋਣਾ ਚਾਹੀਦਾ ਜਿਹਨੂੰ SGPC ਦੀ ਵੋਟ ਪਾਊਗਾ, ਉਹਦੇ ਬਾਰੇ ਕੀ? ਅਸੀਂ ਸਾਨੂੰ ਪ੍ਰੇਰਣ ਦੀ ਲੋੜ ਨਹੀਂ ਜੀ। ਇਹ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਸੀ ਕਿ ਸਿੱਖ ਉਹ ਵੋਟ ਪਾ ਸਕਦਾ ਹੈ ਔਰ ਸਿੱਖ ਦੀ ਪਰਿਭਾਸ਼ਾ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਹੀ ਦਿੱਤੀ ਹੋਈ ਹੈ, ਉਹ ਮੁਕੰਮਲ ਤੌਰ ਦੇ ਉੱਤੇ ਉਹਦੀ ਜਿਹੜੀ ਜਿਹੜਾ ਕਿ ਸਿੱਖ ਸਰੂਪ ਹੋਣਾ ਚਾਹੀਦਾ, ਦਾੜੀ ਕੇਸ ਉਹਦੇ ਮੁਕੰਮਲ ਹੋਣੇ ਚਾਹੀਦੇ, ਉਹ ਦਾੜੀ ਕੇਸ ਦੀ ਕਤਲ ਨਾ ਕਰਦਾ ਹੋਵੇ ਔਰ ਉਹ ਆਪਣੇ ਆਪ ਨੂੰ ਸਿੱਖ ਅਸੂਲਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਦਾ ਹੋਵੇ, ਸਿੱਖੀ ਸਰੂਪ ਦੇ ਵਿੱਚ ਹੋਵੇ। ਏਜ ਤਾਂ ਇਲੈਕਸ਼ਨ ਦੀ 18 ਸਾਲ ਹੈ ਹਿੰਦੁਸਤਾਨ ਦੇ ਵਿੱਚ, ਸੋ 18 ਸਾਲ ਤੱਕ ਚਾਹੀਦਾ। ਉਹਦੇ 'ਚ ਜਿਹੜੀਆਂ ਬੀਬੀਆਂ ਨੇ ਉਹਨਾਂ ਦਾ ਵੀ ਕਿਰਦਾਰ ਹੈ ਬਹੁਤ ਵੱਡਾ, ਅਤੇ ਨੌਜਵਾਨ ਦਾ ਵੀ ਕਿਰਦਾਰ ਹੈ, ਬੁੜਿਆਂ ਦਾ ਵੀ ਕਿਰਦਾਰ ਹੈ। ਇਹ ਨਵਾਂ ਬਣ ਗਿਆ ਕਿਉਂਕਿ ਪਹਿਲੇ ਬਾਦਲ ਸਾਹਿਬ ਦੀ ਪਾਰਟੀ, ਜੇ ਤੁਸੀਂ ਪਿਛਲੀਆਂ ਇਲੈਕਸ਼ਨਾਂ ਦੇਖੀਆਂ ਹੋਣ ਗੁਰਦੁਆਰੇ ਦੀਆਂ, ਅਤੇ ਟ੍ਰਿਬਿਊਨ ਅਖਬਾਰ ਦੇ ਮੂਹਰਲੇ ਪੰਨੇ ਦੇ ਉੱਤੇ ਦਿਖਾਇਆ ਸੀ ਪੂਰਬੀਆਂ ਜਿਹੜੇ ਵੋਟ ਪਾਉਂਦੇ ਆ, ਅਤੇ ਉਹਨਾਂ ਨੇ ਪਵਾਈਆਂ, ਉਹਨਾਂ ਦੀ ਸਰਕਾਰ ਸੀ, ਉਹਨਾਂ ਨੇ ਦਬਾ ਕੇ ਪਵਾਈਆਂ, ਅਤੇ ਇਹ ਹੁਣ ਕੇਸ ਵੀ ਉਹਨਾਂ ਵੱਲੋਂ ਹੀ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ, ਅਤੇ ਉਹ ਹੁਣ ਕੰਡੀਸ਼ਨ ਬਣ ਗਈ ਹੈ ਔਰ ਮੈਨੂੰ ਲੱਗਦਾ ਹੈ ਕਿ ਹਰੇਕ ਵੋਟਰ ਦੀ ਤਸਵੀਰ ਛਪੇਗੀ, ਉਹਦੇ ਨਾਲ ਉਹਦਾ ਕਾਰਡ ਬਣੇਗਾ ਤਸਵੀਰ ਦੇ ਨਾਲ। ਸੋ ਇਹ ਮੁਕੰਮਲ ਹੋਣਾ ਬੜਾ ਜ਼ਰੂਰੀ ਹੈ। ਸੋ ਅਸੀਂ ਇਹ ਵੀ ਗੱਲ ਕਹਿ ਰਹੇ ਹਾਂ ਕਿ ਭਾਈ ਜਿਹੜਾ ਜਿਹਦੇ 'ਚ ਕੋਈ ਕਮੀ ਹੈ ਉਹ ਕਮੀ ਠੀਕ ਕਰੋ, ਚੰਗਾ ਮੌਕਾ ਹੈ, ਜਿਹੜੀ ਸਿੱਖੀ ਮੇਨ ਸਟ੍ਰੀਮ ਹੈ ਉਹਦੇ ਵਿੱਚ ਆਓ ਤੁਸੀਂ। ਮਿਹਰਬਾਨੀ ਜੀ, ਮਿਹਰਬਾਨੀ।